ਤੇ ਤੁਸੀਂ ਦੇਖ ਰਹੇ ਹੋ ਇੰਡੋਰਸ ਟੀਵੀ ਆਸਟ੍ਰੇਲੀਆ। ਨਾਜ਼ਰੀਨ, ਅੱਜ ਮੈਂ ਤੁਹਾਨੂੰ ਇੱਕ ਮਸ਼ਹੂਰ ਇਨਸਾਨ ਦੀ ਦਾਸਤਾਨ ਦੱਸਣ ਜਾ ਰਿਹਾ ਜਿਹਨੂੰ ਕੌਣ ਨਹੀਂ ਜਾਣਦਾ। ਜੀ ਹਾਂ, ਮਾਈਕਲ ਜੈਕਸਨ। 29 ਅਗਸਤ 1958 'ਚ ਅਮਰੀਕਾ ਦੇ ਇੰਡੀਆਨਾ ਗੈਰੀ ਨਾਮ ਦੇ ਸ਼ਹਿਰ 'ਚ ਮਾਈਕਲ ਜੈਕਸਨ ਦਾ ਇੱਕ ਗਰੀਬ ਘਰ 'ਚ ਜਨਮ ਹੋਇਆ। ਇਹਦਾ ਪਿਓ ਜੋਏ ਜੈਕਸਨ, ਜਿਹਦਾ ਪੂਰਾ ਨਾਮ ਜੋਜ਼ਫ ਵਾਲਟਰ ਜੈਕਸਨ ਸੀ, ਉਹ ਵੈਸੇ ਤਾਂ ਬਾਕਸਰ ਸੀ, ਲੇਕਿਨ ਆਪਣਾ ਘਰ ਚਲਾਉਣ ਵਾਸਤੇ ਫੈਲਕਨ ਨਾਮੀ ਬੈਂਡ ਵਿੱਚ ਗਿਟਾਰ ਵਜਾਉਂਦਾ ਸੀ ਅਤੇ ਇਸੇ ਗਿਟਾਰ ਦੇ ਜ਼ਰੀਏ ਆਪਣੇ ਘਰ ਦੇ ਖਰਚੇ ਵੀ ਪੂਰੇ ਕਰਦਾ ਸੀ। ਇਹਦੀ ਮਾਂ ਕੈਥਰੀਨ ਜੈਕਸਨ, ਜਿਹਦਾ ਪੂਰਾ ਨਾਮ ਕੈਥਰੀਨ ਸਟ੍ਰੇਟ ਜੈਕਸਨ ਸੀ, ਵੈਸੇ ਤਾਂ ਉਹ ਇੱਕ ਹੋਮ ਵਾਈਫ ਸੀ, ਪਰ ਉਹ ਪਿਆਨੋ ਪਲੇਅਰ ਵੀ ਸੀ। ਉਹਦਾ ਖੁਆਬ ਸੀਗਾ ਕਿ ਉਹ ਅਮਰੀਕਾ ਦੇ ਮਗਰਬੀ ਸਾਈਡ 'ਤੇ ਅਦਾਕਾਰ ਬਣ ਜਾਵੇ, ਪਰ ਇਹ ਮੁਮਕਿਨ ਨਹੀਂ ਹੋ ਸਕਿਆ। ਮਾਈਕਲ ਤੋਂ ਇਲਾਵਾ ਇਹਦੇ 4 ਵੱਡੇ ਭਰਾ ਹੋਰ ਵੀ ਸਨ। ਇਹਨਾਂ ਦੀ ਮਾਂ ਇਹਨਾਂ ਨੂੰ ਗਾਣਾ ਸਿਖਾਉਂਦੀ ਸੀ ਅਤੇ ਇੱਕ ਵਾਰੀ ਕੀ ਹੋਇਆ, ਜੋਏ ਜੈਕਸਨ ਘਰ ਆਇਆ ਅਤੇ ਉਹਨੇ ਵੇਖਿਆ ਕਿ ਇੱਥੇ 5 ਪੁੱਤ ਗਾਣਾ ਗਾ ਰਹੇ ਨੇ। ਉਹ ਇੱਕ ਗਿਟਾਰਿਸਟ ਸੀਗਾ, ਮਿਊਜ਼ਿਕ ਨੂੰ ਸਮਝਦਾ ਸੀਗਾ ਅਤੇ ਸੁਰਾਂ ਨੂੰ। ਉਹਨੇ ਸੋਚਿਆ ਕਿ ਇਹਨਾਂ ਦਾ ਇੱਕ ਬੈਂਡ ਬਣਾ ਦੇਣਾ ਚਾਹੀਦਾ ਹੈ, ਜਿਹਦਾ ਉਹਨੇ ਨਾਮ ਰੱਖਿਆ ਜੈਕਸਨ 5। ਇਹਨਾਂ ਨੇ ਆਪਣੇ ਬੈਂਡ ਦਾ ਆਗਾਜ਼ ਸ਼ਾਦੀਆਂ ਵਿਆਹਾਂ ਤੋਂ ਕੀਤਾ। ਸ਼ਾਦੀਆਂ ਵਿਆਹਾਂ 'ਤੇ ਇਹਨਾਂ ਨੂੰ ਆਮਦਨੀ ਤਾਂ ਚੰਗੀ ਹੋ ਜਾਂਦੀ ਸੀ, ਪਰ ਪਜ਼ੀਰਾਈ ਨਹੀਂ ਸੀ ਮਿਲਦੀ। ਕੁਝ ਸਿਆਫਾਮ ਲੋਕ ਸੀਗੇ ਜਿਹੜੇ ਇਹਨਾਂ ਨੂੰ ਪਜ਼ੀਰਾਈ ਵੀ ਦਿੰਦੇ ਸੀ ਅਤੇ ਆਮਦਨੀ ਵੀ, ਅਤੇ ਉਹੀ ਸਿਆਫਾਮ ਲੋਕ ਇਹਨਾਂ ਦੇ ਐਲਬਮ ਵੀ ਰਿਲੀਜ਼ ਕਰਵਾਉਣ ਲੱਗ ਗਏ, ਜਿਨ੍ਹਾਂ ਵਿੱਚ ਸ਼ਾਮਿਲ ਨੇ ABC, ਆਈ ਵਾਂਟ ਯੂ ਬੈਕ, ਡਾਂਸਿੰਗ ਮਸ਼ੀਨ। ਜਿੱਦਾਂ ਤੁਸੀਂ ਜਾਣਦੇ ਹੋ, ਦਰਖਤ 'ਤੇ ਪੂਰਾ ਹੀ ਜਵਾਨ ਹੁੰਦਾ ਹੈ, ਲੇਕਿਨ ਫਲ ਕਿਸੇ ਕਿਸੇ ਟਹਿਣੀ ਨੇ ਲੱਗਾ ਹੁੰਦਾ ਹੈ। ਇਸੇ ਤਰ੍ਹਾਂ ਇਹ ਸਾਰੇ ਹੀ ਆਪਣੇ ਕੰਮ ਦੇ ਮਾਸਟਰ ਸੀ, ਪਰ ਜਿਹਨੇ ਇਹਨਾਂ ਸਾਰਿਆਂ 'ਚ ਆਪਣਾ ਨਾਮ ਪੈਦਾ ਕੀਤਾ ਉਹ ਸੀ ਮਾਈਕਲ ਜੈਕਸਨ। ਇਸੇ ਤੋਂ ਇਹਨਾਂ ਦੇ ਬੈਂਡ ਦਾ ਨਾਮ ਜੈਕਸਨ 5 ਤੋਂ ਡੀ ਜੈਕਸਨ ਰੱਖ ਦਿੱਤਾ ਗਿਆ। ਡੀ ਜੈਕਸਨ ਬੈਂਡ ਨੇ ਵੀ ਬੜੇ ਪ੍ਰੋਗਰਾਮ ਕੀਤੇ, ਬੜੀਆਂ ਸ਼ਾਦੀਆਂ 'ਤੇ ਗਾਇਆ, ਬੜੇ ਸ਼ੋਆਂ 'ਤੇ ਗਾਇਆ। ਵੈਸੇ ਤਾਂ ਇਹਨਾਂ ਸਾਰਿਆਂ ਭਰਾਵਾਂ ਦੀ ਆਵਾਜ਼ ਬਹੁਤ ਸੋਹਣੀ ਸੀ, ਪਰ ਮਾਈਕਲ ਜੈਕਸਨ ਦੀ ਆਵਾਜ਼ ਇਹਨਾਂ ਸਾਰਿਆਂ ਤੋਂ ਸਹੀ ਸੀ। ਇਸ ਕਰਕੇ ਦੂਸਰੇ ਗਰੁੱਪਾਂ ਵਾਲੇ ਵੀ ਇਹਨੂੰ ਗਾਉਣ ਵਾਸਤੇ ਆਪਣੇ ਨਾਲ ਸ਼ਾਦੀਆਂ ਵਿਆਹਾਂ 'ਤੇ ਨਾਲ ਲੈ ਜਾਂਦੇ ਸੀਗੇ। ਇਸ ਕਰਕੇ ਮਾਈਕਲ ਜੈਕਸਨ ਦਾ ਨਾਮ ਜੈਕਸਨ 5 ਤੋਂ ਹਟ ਕੇ ਵੀ ਬਣਨਾ ਸ਼ੁਰੂ ਹੋ ਗਿਆ। ਮਾਈਕਲ ਜੈਕਸਨ ਦੇ ਇਕੱਲੇ ਦੇ ਵੀ ਫਿਰ ਕਿੰਨੇ ਐਲਬਮ ਰਿਲੀਜ਼ ਹੋਏ, ਜਿਨ੍ਹਾਂ ਵਿੱਚ ਸ਼ਾਮਿਲ ਨੇ ਦ ਬੋਏ ਬੈਨ। ਜਿੱਦਾਂ ਜਿੱਦਾਂ ਮਾਈਕਲ ਜੈਕਸਨ ਵੱਡਾ ਹੁੰਦਾ ਗਿਆ, ਉੱਦਾਂ ਉਹ ਸ਼ੋਹਰਤ ਦੀਆਂ ਬੁਲੰਦੀਆਂ 'ਤੇ ਵੀ ਪਹੁੰਚਦਾ ਗਿਆ। ਇੱਕ ਐਲਬਮ ਸੀਗਾ ਮਾਈਕਲ ਜੈਕਸਨ ਦਾ, ਜਿਹਦੀ ਤਿਆਰੀ ਉਹ ਮਹੀਨਿਆਂ ਤੋਂ ਕਰ ਰਿਹਾ ਸੀਗਾ, ਅਤੇ ਜਦੋਂ ਉਹ ਐਲਬਮ ਰਿਲੀਜ਼ ਹੋਇਆ ਤਾਂ ਉਹਨੇ ਮਾਈਕਲ ਜੈਕਸਨ ਨੂੰ ਰਾਤੋ ਰਾਤ ਸ਼ੋਹਰਤ ਦੀਆਂ ਬੁਲੰਦੀਆਂ 'ਤੇ ਪਹੁੰਚਾ ਦਿੱਤਾ ਅਤੇ ਦੌਲਤਮੰਦ ਵੀ ਬਣਾ ਦਿੱਤਾ। ਜੀ ਹਾਂ, ਮੈਂ ਉਸ ਐਲਬਮ ਦੀ ਗੱਲ ਕਰ ਰਿਹਾ, ਥ੍ਰਿਲਰ ਦੀ। ਇਹ ਮਾਈਕਲ ਜੈਕਸਨ ਦਾ ਪੂਰੀ ਜ਼ਿੰਦਗੀ 'ਚ ਸਭ ਤੋਂ ਜ਼ਿਆਦਾ ਹਿੱਟ ਹੋਣ ਵਾਲਾ ਐਲਬਮ ਹੈ। ਫਿਰ ਮਾਈਕਲ ਜੈਕਸਨ ਨੇ ਇੱਕ ਹੋਰ ਐਲਬਮ ਕੀਤਾ ਜਿਹਦਾ ਨਾਮ ਸੀ ਬੈਡ। ਉਹਦੇ ਤੋਂ ਵੀ ਮਾਈਕਲ ਜੈਕਸਨ ਨੂੰ ਸ਼ੋਹਰਤ ਮਿਲੀ ਅਤੇ ਦੌਲਤ ਵੀ। ਮਾਈਕਲ ਜੈਕਸਨ ਇੰਨਾ ਦੌਲਤਮੰਦ ਹੋ ਗਿਆ ਸੀ, ਉਹਨੇ ਸੋਚਿਆ ਕਿ ਮੈਂ ਇਹ ਪੈਸਾ ਕਿਸੇ 'ਚ ਇਨਵੈਸਟ ਕਰ ਦੇਵਾਂ। ਜੀ ਹਾਂ, ਉਹਨੇ ਇੰਝ ਹੀ ਕੀਤਾ। ਉਹ ਸਪਾਈਡਰਮੈਨ ਬਣਨ ਦਾ ਬਹੁਤ ਸ਼ੌਕ ਸੀਗਾ, ਉਸ ਮਾਰਵਲ ਕੰਪਨੀ ਦੇ CEO ਕੋਲ ਗਿਆ ਅਤੇ ਉਹਨੇ ਕਿਹਾ ਕਿ ਤੁਸੀਂ ਮੈਨੂੰ ਸਪਾਈਡਰਮੈਨ ਦਾ ਰੋਲ ਦੇ ਦਿਓ, ਪਰ ਉਹ ਨਹੀਂ ਮੰਨੇ। ਫਿਰ ਮਾਈਕਲ ਜੈਕਸਨ ਨੇ ਕਿਹਾ ਤੁਸੀਂ ਮੈਨੂੰ ਆਪਣੀ ਕੰਪਨੀ ਦੇ ਦਿਓ, ਪਰ ਉਹ ਨਹੀਂ ਮੰਨੇ। ਫਿਰ ਮਾਈਕਲ ਜੈਕਸਨ ਨੇ ਇੱਕ ਹੋਰ ਕੰਪਨੀ ਖਰੀਦ ਲਈ ਜਿਹਦਾ ਨਾਮ ਸੀਗਾ ABC, ਜਿਹਦੇ ਵਿੱਚ ਮਾਈਕਲ ਜੈਕਸਨ 4,000 ਗਾਣਿਆਂ ਦਾ ਮਾਲਕ ਬਣ ਗਿਆ ਸੀਗਾ। ਫਿਰ ਸੋਚਰਸ ਨੇ ਜੈਕਸਨ ਦੇ ਨਾਲ ਇੱਕ ਕੋਨਟਾਈਨ ਕੀਤਾ, ਜਿਹਦੇ ਵਿੱਚ ਇਹ ਦੋਵੇਂ ਅਧਿਆਇਆਂ ਦੇ ਮਾਲਕ ਬਣ ਗਏ। ਮਿਊਜ਼ਿਕ ਜ਼ਰ ਗਾ ਇੱਕ ਕਰਕੇ ਮਿਊਜ਼ਿਕ ਨੇ ਜਸੀ ਤੇਰੇ ਗਾ ਪੁੱਟ ਕਰ ਕਸ਼ਮੀਰ ਜਾ ਚਲਿਆ, ਜ਼ਰਾ ਵੀ ਹਿੱਟ ਨਹੀਂ ਹੋ ਰਿਹਾ ਤੇ ਸੋਨੀ ਮਿਊਜ਼ਿਕ ਉਹਨੂੰ ਧੋਖਾ ਦੇ ਰਹੀ ਹੈ। ਉਹ ਜਗ੍ਹਾ ਜਗ੍ਹਾ ਤੇ ਕਹਿਣ ਲੱਗ ਗਿਆ ਸੋਨੀ ਕਿਲਸ ਮਿਊਜ਼ਿਕ, ਮਤਲਬ ਕਿ ਸੋਨੀ ਮਿਊਜ਼ਿਕ ਨੂੰ ਮਾਰ ਰਹੀ ਹੈ। ਚੱਲਦਾ ਸੀ ਮਾਂ, ਉਹਨੇ ਸੋਨੀ ਮਿਊਜ਼ਿਕ ਦੇ CEO ਟੋਮੀ ਮੋਟੋਲਾ ਨੂੰ ਠਹਿਰਾਇਆ। 1993 ਵਿੱਚ ਮਾਈਕਲ ਜੈਕਸਨ ਦੇ ਉੱਤੇ ਬੱਚਿਆਂ ਨਾਲ ਜ਼ਿਆਦਤੀ ਕਰਨ ਦਾ ਕੇਸ ਦਰਜ ਕਰ ਦਿੱਤਾ ਗਿਆ, ਜਿਹਦੇ 'ਚ ਮਾਈਕਲ ਜੈਕਸਨ ਨੇ $2 ਕਰੋੜ ਦੇ ਕੇ ਰਿਹਾਈ ਪਾਈ। ਫਿਰ ਇਸ ਕਰਕੇ ਮਾਈਕਲ ਜੈਕਸਨ ਦੇ ਨਾਲ ਕੋਈ ਵੀ ਕੰਪਨੀ ਇਹਦੇ ਨਾਲ ਨਾਤਾ ਨਹੀਂ ਸੀ ਜੋੜਨਾ ਚਾਹੁੰਦੀ। ਮਾਈਕਲ ਜੈਕਸਨ ਜਦੋਂ ਥ੍ਰਿਲਰ ਐਲਬਮ ਦੀ ਰਿਹਰਸਲ ਕਰਨ ਡਿਆ ਸੀਗਾ ਅਤੇ ਇੱਕ ਵਾਰੀ ਉਹਦੇ ਸਿਰ 'ਚ ਦਰਦ ਹੋਣੀ ਸ਼ੁਰੂ ਹੋ ਗਈ। ਉਹਨੇ ਸੋਚਿਆ ਕਿ ਇਹ ਕੀ ਹੋ ਰਿਹਾ ਹੈ। ਉਹ ਫਿਰ ਉਹਨੂੰ ਹੋਸਪਿਟਲ ਲੈ ਗਏ ਅਤੇ ਉਹਨੂੰ ਪਤਾ ਚੱਲਿਆ ਕਿ ਉਹਦੇ ਵਾਲ ਝੜ ਰਹੇ ਨੇ, ਮਤਲਬ ਕਿ ਉਹ ਗੰਜਾ ਹੋ ਰਿਹਾ। ਇਸ ਗੱਲ ਤੋਂ ਮਾਈਕਲ ਜੈਕਸਨ ਨੇ ਵਿੱਗਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਕੁਛ ਦੇਰ ਬਾਅਦ ਮਾਈਕਲ ਜੈਕਸਨ ਨੂੰ ਪਤਾ ਚੱਲਿਆ ਕਿ ਉਹਦੀ ਸਕਿਨ ਡੈਮੇਜ ਹੋ ਰਹੀ ਹੈ, ਜਿਹਦੀ ਵਜ੍ਹਾ ਤੋਂ ਉਹਨੇ ਪਲਾਸਟਰ ਸਰਜਰੀਆਂ ਕਰਾਉਣੀਆਂ ਸ਼ੁਰੂ ਕਰ ਦਿੱਤੀਆਂ। ਕੁਛ ਯੂਟਿਊਬ ਚੈਨਲਸ ਇਹ ਵੀ ਕਹਿੰਦੇ ਨੇ ਕਿ ਉਹਨੂੰ ਆਪਣੇ ਕਾਲੇ ਰੰਗ ਤੋਂ ਨਫ਼ਰਤ ਸੀ ਅਤੇ ਇਸ ਕਰਕੇ ਉਹਨੇ ਪਲਾਸਟਿਕ ਸਰਜਰੀਆਂ ਕਰਵਾ ਕੇ ਚਿੱਟਾ ਹੋਣ ਦੀ ਕੋਸ਼ਿਸ਼ ਕੀਤੀ। ਪਰ ਮਾਈਕਲ ਜੈਕਸਨ ਨੇ ਆਪਣੇ ਇੱਕ ਇੰਟਰਵਿਊ 'ਚ ਸਾਫ਼ ਸਾਫ਼ ਇਹ ਕਹਿ ਦਿੱਤਾ ਸੀਗਾ ਕਿ ਉਹਨੂੰ ਆਪਣੇ ਕਾਲੇ ਰੰਗ ਨਾਲ ਪਿਆਰ ਸੀ, ਨਫ਼ਰਤ ਨਹੀਂ, ਕਿਉਂਕਿ ਉਸ ਦੌਰ 'ਚ ਸਿਆਹ ਫਾਮ ਲੋਕਾਂ ਨੂੰ ਅੱਗੇ ਨਹੀਂ ਸੀ ਆਉਣ ਦਿੱਤਾ ਜਾਂਦਾ ਅਤੇ ਜੇ ਮੈਨੂੰ ਇੰਨੀ ਸ਼ੋਹਰਤ ਉਸ ਟਾਈਮ ਮਿਲਦੀ
ਤੇ ਮੇਰਾ ਸਿਆਹ ਰੰਗ ਹੁੰਦਾ ਇੱਕ ਮੁਕਾਮ ਬਣ ਜਾਣਾ ਸੀ। ਫਿਰ ਇੱਕ ਇੰਟਰਟੇਨਮੈਂਟ ਕੰਪਨੀ ਨੇ ਮਾਈਕਲ ਜੈਕਸਨ ਦੇ ਨਾਲ ਆਪਣਾ ਨਾਮ ਜੋੜਨਾ ਚਾਹਿਆ, ਜਿਹੜੀ ਸੀਗੀ AEG ਇੰਟਰਟੇਨਮੈਂਟਸ। ਉਹਨੇ ਮਾਈਕਲ ਜੈਕਸਨ ਨੂੰ ਵਰਲਡ ਟੂਰ ਤੇ 10 ਸ਼ੋਅ ਕਰਨ ਦਾ ਮੌਕਾ ਦਿੱਤਾ। ਫਿਰ ਕੁਛ ਦੇਰ ਬਾਅਦ ਉਹਨਾਂ ਨੇ ਕਹਿ ਦਿੱਤਾ ਕਿ ਵਰਲਡ ਟੂਰ ਦੇ ਉੱਤੇ 50 ਸ਼ੋਅ ਕਰਨੇ ਨੇ। ਮਾਈਕਲ ਜੈਕਸਨ ਦੀ ਤਬੀਅਤ ਵੀ ਖਰਾਬ ਸੀਗੀ, ਉਹਨਾਂ ਨੇ ਫਿਰ ਮਾਈਕਲ ਜੈਕਸਨ ਨੂੰ ਇੱਕ ਡਾਕਟਰ ਦਿੱਤਾ ਜਿਹਦਾ ਨਾਮ ਸੀਗਾ ਕੋਨਰਡ ਮਰੇ। ਜੀ ਹਾਂ, ਨਾ ਸੀ, ਇਹ ਉਹੀ ਡਾਕਟਰ ਸੀ ਜਿਹਨੇ ਮਾਈਕਲ ਜੈਕਸਨ ਨੂੰ ਕਤਲ ਕੀਤਾ ਸੀਗਾ। ਫਿਰ ਮਾਈਕਲ ਜੈਕਸਨ ਨੇ ਇੱਕ ਐਲਾਨ ਕੀਤਾ, ਮਾਈ ਫਾਈਨਲ ਸ਼ੋਅ ਇਜ਼ ਇਨ ਲੰਡਨ। ਇਹਦਾ ਮਤਲਬ ਉਹਦਾ ਆਖਰੀ ਸ਼ੋਅ ਜਿਹੜਾ ਤਾਰੀਖੀ ਬਣ ਗਿਆ ਉਹ ਲੰਡਨ ਵਿੱਚ ਸੀਗਾ, 5 June 2009 ਨੂੰ। ਸਾਰੀਆਂ ਹਾਲ ਦੀਆਂ ਸੀਟਾਂ ਬੁੱਕ ਹੋ ਚੁੱਕੀਆਂ ਸੀਗੀਆਂ। ਤੇ ਜਦੋਂ ਮੁਜ਼ਾਹਰੀਨ ਮਾਈਕਲ ਜੈਕਸਨ ਨੂੰ ਸਟੇਜ ਤੇ ਵੇਖਣ ਲਈ ਆਏ ਤੇ ਉਦੋਂ ਮਾਈਕਲ ਜੈਕਸਨ ਆਇਆ ਨਹੀਂ, ਕਿਉਂਕਿ ਮਾਈਕਲ ਜੈਕਸਨ ਨੂੰ ਉਹਦੇ ਘਰ ਵਿੱਚ ਮੁਰਦਾ ਹਾਲਤ 'ਚ ਪਾਇਆ ਗਿਆ। ਇਹਦਾ ਜ਼ਿੰਮੇਦਾਰ ਕੋਨਰਡ ਮਰੇ ਸੀਗਾ। ਜਦੋਂ ਕੋਰਟ ਵਿੱਚ ਇਹ ਕੇਸ ਗਿਆ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਮਾਈਕਲ ਜੈਕਸਨ ਪਿਛਲੇ  60 ਦਿਨਾਂ ਤੋਂ ਸੌਣ ਨਹੀਂ ਸੀ ਡਿਆ, ਕਿਉਂਕਿ ਉਹਨੂੰ ਨੀਂਦ ਨਹੀਂ ਸੀ ਆਉਂਦੀ। ਅਤੇ ਡਾਕਟਰ ਕੋਨਰਡ ਮਰੇ ਇਹਨੂੰ ਪ੍ਰੋਪੋਫੋਲ ਨਾਮੀ ਇੰਜੈਕਸ਼ਨ ਦੇਣ ਡਿਆ ਸੀ। ਜੀ ਹਾਂ, ਪ੍ਰੋਪੋਫੋਲ ਇੰਜੈਕਸ਼ਨ ਉਹ ਜਿਹੜਾ ਜ਼ਿਆਦਾ ਲਾਉਣ ਦੇ ਉੱਤੇ ਇਨਸਾਨ ਦੀ ਮੌਤ ਹੋ ਜਾਂਦੀ ਹੈ। ਮਾਈਕਲ ਜੈਕਸਨ ਵੀ ਇਹਦਾ ਆਦੀ ਬਣ ਗਿਆ ਸੀਗਾ, ਇਸ ਕਰਕੇ ਮਾਈਕਲ ਜੈਕਸਨ ਦੀ ਮੌਤ ਹੋ ਗਈ। ਕੋਨਰਡ ਮਰੇ ਨੂੰ ਤਾਂ 4 ਸਾਲ ਦੀ ਕੈਦ ਹੋ ਗਈ, ਲੇਕਿਨ ਉਹ 2 ਸਾਲ 'ਚ ਹੀ ਛੁੱਟ ਕੇ ਆ ਗਿਆ। ਮਾਈਕਲ ਜੈਕਸਨ ਦਾ ਇੱਕ ਸ਼ੌਕ ਵੀ ਸੀਗਾ। ਮਾਈਕਲ ਜੈਕਸਨ ਦਾ ਸ਼ੌਕ ਇਹ ਸੀਗਾ ਕਿ ਉਹਨੇ ਇੱਕ ਵਾਰੀ ਇੱਕ ਨਜੂਮੀ ਨੂੰ ਹੱਥ ਵਿਖਾਇਆ। ਉਹਨੇ ਕਿਹਾ ਕਿ ਤੂੰ 70 ਸਾਲ ਦੀ ਉਮਰ 'ਚ ਮਰ ਜਾਏਗਾ। ਉਹਨੇ ਕਿਹਾ ਮੈਂ 150 ਸਾਲ ਦੀ ਉਮਰ 'ਚ ਮਰਾਂਗਾ, ਪਰ ਇਹ ਮੁਮਕਿਨ ਨਹੀਂ ਹੋ ਸਕਿਆ। ਮਾਈਕਲ ਜੈਕਸਨ ਨੇ ਆਪਣੇ ਘਰ 9 ਡਾਕਟਰ ਰੱਖੇ ਹੋਏ ਸੀਗੇ, ਉਹਨਾਂ ਨੂੰ ਪੈਸੇ ਦਿੰਦਾ ਸੀਗਾ ਅਤੇ ਉਹਨਾਂ ਨੂੰ ਇਹ ਕਹਿੰਦਾ ਸੀਗਾ ਕਿ ਤੁਸੀਂ ਜੇ ਮੇਰਾ ਕੋਈ ਗੁਰਦਾ, ਮੇਰੀ ਕਿਡਨੀ ਖਰਾਬ ਹੋਈ ਹੈ ਤਾਂ ਤੁਸੀਂ ਦੇਣੀ ਹੈ। ਉਹਦਾ ਖਾਣਾ ਵੀ ਚੈੱਕ ਕੀਤਾ ਜਾਂਦਾ ਸੀਗਾ। ਮਾਈਕਲ ਜੈਕਸਨ ਨੇ ਇੱਕ ਚਾਈਲਡ ਵੈਲਫੇਅਰ ਵੀ ਤਾਮੀਰ ਕਰਵਾਇਆ ਸੀਗਾ, ਜਿਹਦੇ ਵਿੱਚ ਯਤੀਮ ਬੱਚੇ ਰਹਿੰਦੇ ਸੀਗੇ। ਮਾਈਕਲ ਜੈਕਸਨ ਦਾ ਇੱਕ ਬਾਂਦਰ ਵੀ ਸੀਗਾ ਜਿਹਦਾ ਨਾਮ ਸੀਗਾ ਬਬਲਸ। ਮਾਈਕਲ ਜੈਕਸਨ ਨੂੰ ਉਹਦੇ ਨਾਲ ਬੇਇੰਤਿਹਾ ਮੁਹੱਬਤ ਸੀਗੀ। ਜਦੋਂ ਮਾਈਕਲ ਜੈਕਸਨ ਮਰਿਆ ਉਦੋਂ ਬਬਲਸ ਨੂੰ ਵੀ ਇੱਕ ਪਿੰਜਰੇ 'ਚ ਕੈਦ ਕਰ ਲਿਆ ਗਿਆ। ਮਾਈਕਲ ਜੈਕਸਨ ਨੇ ਉਹਨੂੰ ਪੇਂਟਿੰਗ ਕਰਨਾ ਸਿਖਾਈ ਸੀਗੀ। ਉਹ ਰੋਜ਼ਾਨਾ ਮਾਈਕਲ ਜੈਕਸਨ ਦੀ ਪੇਂਟਿੰਗ ਕਰਦਾ ਸੀ ਅਤੇ ਹੁਣ ਤੱਕ ਉਹ 3 ਵਾਰੀ ਖੁਦਕੁਸ਼ ਕਰਨ ਦੀ ਕੋਸ਼ਿਸ਼ ਕਰ ਚੁੱਕਿਆ। ਮਾਈਕਲ ਜੈਕਸਨ 50 ਸਾਲ ਦੀ ਉਮਰ 'ਚ ਤਾਂ ਮਰ ਗਿਆ, ਪਰ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ 'ਚ ਹਜੇ ਵੀ ਜ਼ਿੰਦਾ ਹੈ। ਮਾਈਕਲ ਜੈਕਸਨ ਨੇ ਆਪਣੀ ਪੂਰੀ ਜ਼ਿੰਦਗੀ 'ਚ 13 ਵਾਰ ਗ੍ਰੈਮੀ ਅਵਾਰਡਸ ਅਤੇ 26 ਵਾਰ ਅਮੈਰੀਕਨ ਮਿਊਜ਼ਿਕ ਅਵਾਰਡਸ ਵੀ ਹਾਸਲ ਕੀਤੇ ਅਤੇ ਮਾਈਕਲ ਜੈਕਸਨ ਦਾ ਨਾਮ 39 ਵਾਰੀ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਵੀ ਸ਼ਾਮਿਲ ਹੈ।